ਬਾਬਾ ਜੀ ਰੁਕਿਓ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਬੜਾ ਕੰਬਲ ਲਿਆ ਲਿਆ ਜੀ, ਹੈਂ ਠੰਡ ਲੱਗਣ ਦੀ ਆ। ਕਿੰਨੀ ਕੁ ਉਮਰ ਆ? ਹੈਂ ਜ਼ਿਆਦਾ ਹੋਣੀ ਆ। ਅਤੇ ਕਿੰਨੀ ਮਾਇਆ ਕਮਾਈ ਸਵੀਰ ਦੀ ਦਮੜੇ? ਹੈਂ ਕਿੰਨੇ? ਪੰਜਾਹ ਰੁਪਏ ਬਣੇ ਆ। ਤਾਂ ਟਾਈਮ ਹੋ ਗਿਆ ਪੰਜਾਹ ਰੁਪਏ, ਹੁਣ ਮੇਰਾ 5:30 ਹੁੰਦੇ ਆ। ਕਿਹੜਾ ਪਿੰਡ ਆਪਣਾ? ਅੱਛਾ ਅੱਛਾ, ਤੇ ਰੱਖ ਦੋਗੇ 2 ਬੋਰੀਆਂ ਸੀਮਿੰਟ ਛੱਡੋਗੇ? ਨਹੀਂ ਨਹੀਂ, ਹੱਥ ਮੇਤ ਪਾ ਦੂੰਗਾ ਨਾਲ ਤੁਹਾਡੇ, ਠੀਕ ਆ ਜੀ। ਅਤੇ ਤੁਸੀਂ ਨਾ ਕੰਮ ਕਰਿਓ, ਮਕਬੂਲਾ ਚੌਂਕ ਹੈ ਨਾ, ਅੰਦਰ ਨੂੰ ਜਾਣਾ ਜਿੱਥੇ ਉਹ ਨਹੀਂ ਹੈਗਾ ਆਪਣਾ ਦਫ਼ਤਰ ਹੈਗਾ ਵਾ, ਉਹ ਅੱਗੇ ਸਰਕਾਰੀ ਦਫ਼ਤਰ ਹੈਗਾ ਨਾ, ਬਸ ਉੱਥੇ ਖੜਨਾ ਜਾ ਕੇ ਅਤੇ ਮਾਇਆ। ਚਲੋ ਠੀਕ ਆ, ਚਲੋ ਆ ਜਾਓ ਫਿਰ ਪਿਆਰਿਓ, ਆ ਜਾਓ ਪਹੁੰਚੋ ਫਿਰ ਤੁਸੀਂ ਆ ਗਏ, ਅੰਦਰ ਨੂੰ ਮੁੜ ਜਾਓ, ਬਸ ਮੈਂ ਆ ਗਿਆ ਨਾਲ ਤੁਹਾਡੇ, ਆ ਜਾਓ ਮੇਰੇ ਕੋਲ ਬੁਲਟ ਹੈਗਾ, ਠੀਕ ਹੈ 2 ਬੋਰੀਆਂ ਸੀਮਿੰਟ ਹੈ ਬਸ, ਠੀਕ ਆ ਜੀ। ਧੰਨ ਗੁਰੂ ਰਾਮਦਾਸ ਜੀ, ਗੁਰੂ ਸਿੱਖ ਪਿਆਰੇ ਜੀ, ਧੰਨ ਗੁਰੂ ਰਾਮਦਾਸ। 5 ਵੱਜ ਗਏ ਆ ਅਤੇ ਮਾਇਆ ਕੋਈ ਨਹੀਂ ਕਮਾਈ, ਕਹਿੰਦੇ 60 ਰੁਪਏ ਕਮਾਏ ਆ, ਅਤੇ ਨਹੀਂ ਠੰਡ 'ਚ ਕੰਬਲ ਲਪੇਟ ਕੇ ਬੈਠੇ ਆ ਸਿੰਘ ਸਾਹਿਬ। ਆ ਜਾਓ ਮਾੜਾ ਜਿਹਾ ਚਾਹ ਪੀਲੀਏ, ਲਾ ਲਓ ਇਹਦੇ ਸਾਈਡ 'ਤੇ ਚਾਹ ਪੀਲੀਏ ਆਪਾਂ, ਆ ਜਾਓ ਅੰਦਰ ਲੈ ਆਓ ਮਾੜਾ ਜਿਹਾ, ਅੰਦਰ ਕਰ ਲਓ ਮਾੜਾ ਜਿਹਾ ਰਿਕਸ਼ਾ, ਮੈਨੂੰ ਬੈਗ ਮੰਗ ਲਓ, ਇੱਧਰ ਕਰ ਲਓ, ਆ ਰਹਾ ਹੈਗਾ, ਅੰਦਰ ਕਰ ਲਓ ਮਾੜਾ ਜਿਹਾ, ਆ ਦੁਕਾਨ ਆਪਣੀ, ਚਾਹ ਪੀਲੀਏ, ਆ ਜਾਓ। ਆਇਓ ਚਾਹ ਪੀ ਲਈਏ, ਇਹ ਬਾਬੇ ਚਾਹ ਪੀ ਲਈਏ, ਮੁੰਡੇ ਨੂੰ ਮੈਂ ਭੇਜਿਆ ਵਾ। ਅਤੇ ਬਾਬਾ ਜੀ ਬਾਹਰ ਤਾਂ ਠੰਡ ਬੜੀ ਆ, ਅਤੇ ਹੈਂ ਗੱਡੀ ਆਈ ਆ, ਉਹ ਕੰਬਲ ਸਮਝੇਗੀ। ਅੱਛਾ ਅੱਛਾ, ਸਵੇਰੇ ਆਏ ਨੇ ਗੱਡੀ ਆਈ ਪਾਸੇ ਆਈ। ਅਤੇ ਬਾਬਾ ਜੀ ਕਦੀ ਹੋਇਆ ਨੀ, ਮਤਲਬ ਕਦੀ ਹੋਇਆ ਨੀ ਕਦੀ ਮਹਾਰਾਜ ਨੇ ਨਾ ਦਿੱਤਾ ਹੋਵੇ ਇਤਨਾ, ਕਦੀ ਦਿੰਦਾ ਰੋਜ਼ ਆ ਗੁਰੂ ਰਾਮਦਾਸ ਪਾਤਸ਼ਾਹ, ਦੇਣਾ ਜ਼ਰੂਰ ਉਹਨੇ, ਰੋਟੀ ਜੋਗੇ ਜ਼ਰੂਰ ਉਹਨੇ ਮਤਲਬ ਕਰਨੇ ਆ, ਵਿਸ਼ਵਾਸ ਹੈਗਾ ਮਹਾਰਾਜ ਤੇ, ਮਹਾਰਾਜ ਤੇ ਹੈਗਾ ਵਿਸ਼ਵਾਸ ਹੈਗਾ, ਗੁਰੂ ਰਾਮਦਾਸ ਪਾਤਸ਼ਾਹ ਤੇ ਹੈਗੇ ਆ। ਸ਼ੁਕਰ ਬਾਬੀ, ਦਸਤਾਰਾਂ ਹੈ ਨਹੀਂ ਹੋਰ ਆਪਣੇ ਕੋਲ, ਇੱਕੋ ਹੀ ਆ ਦਸਤਾਰ, ਦਸਤਾਰ ਇੱਕੋ ਹੀ ਆ, ਤਾਂਹੀਓ ਹੈ ਨਾ ਗੰਦੀ ਹੋਈ ਪਈ ਇਧਰੋਂ। ਅੱਛਾ ਦਸਤਾਰ ਚਾਹੀਦੀ ਹੈ ਨਾ, ਦਸਤਾਰ ਚਾਹੀਦੀ ਆ, ਵਾਹਿਗੁਰੂ ਵਾਹਿਗੁਰੂ। ਤੇ ਲਈ ਨੀ ਇੱਕ ਜਾਂਦੀ ਪਈ ਬਾਬਾ ਜੀ? ਮਜਬੂਰੀਆਂ ਗਰਮ ਨੀ ਹੈਗਾ ਪਜਾਮਾ? ਗਰਮ ਪਜਾਮਾ ਠੀਕ ਆ, ਗਰਮ ਪਜਾਮਾ ਲਿਆ ਆਪਣੇ ਭਰਾ ਕੋ ਵੇਚਦਾ ਮੈਂ ਜੇ। ਅੱਛਾ ਗਰਮ ਪਜਾਮਾ ਨੀ ਹੈਗਾ, ਤੇ ਕੱਪੜੇ ਇਹੀ ਆਪਣੇ ਕੋਲ, ਕੱਪੜੇ ਹੋਰ ਨੀ ਹੈਗੇ ਗਰਮ, ਕੱਪੜਾ ਜੋੜਾ ਇਹੀ ਆ, ਹੋਰ ਨੀ ਹੈਗਾ ਜੋੜਾ ਗਰਮ, ਬਾਕੀ ਗਰਮੀਆਂ ਲਿਆਉਣੇ ਆ, ਪਤਲੇ ਚੋਲੇ ਆ, ਤੇ ਗਰਮ ਮਤਲਬ ਹੈ ਨੀਗਾ ਤੂੰ ਕੋਈ ਪਜਾਮਾ ਵਗੈਰਾ ਗਰਮ? ਧੰਨ ਗੁਰੂ ਰਾਮਦਾਸ, ਰਹਿਣ ਦੋ, ਮਾਰ ਲਓ ਬਟਨ, ਮਾਰ ਲਓ ਬਾਬਾ ਜੀ ਬਟਨ, ਮਾਰ ਲਓ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ। ਮਤਲਬ ਬਾਬਾ ਜੀ ਆ ਪਾਓ, ਕਿਹੜਾ ਦੱਸੋ ਕਿਹੜਾ, ਤੁਹਾਨੂੰ ਕਿਹੜਾ ਰੰਗ ਲੈਣਾ ਜੀ, ਕਿਹੜਾ ਆੜਾ ਲਾਓ ਫਿਰ ਪਾਓ ਪਿਆਰਿਓ, ਲਾ ਦਿਓ ਭਾਜੀ ਪਾਓ ਸਿੰਘ ਸਾਹਿਬ, ਧੰਨ ਗੁਰੂ ਰਾਮਦਾਸ ਕਹੋ, ਸ਼ੁਕਰ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ। ਹਾਂਜੀ ਹਾਂਜੀ ਪਾਓ ਪਿਆਰਿਓ, ਠੰਡ ਲੱਗਦੀ ਪਈ ਹੈ ਸਿੰਘ ਸਾਹਿਬ? ਨਹੀਂ ਨਹੀਂ ਵਧੀਆ ਕੀਤਾ, ਵਧੀਆ ਕੀਤਾ ਪਿਆਰਿਓ, ਕੋਈ ਨੀ ਆ ਤੁਸੀਂ ਪਾਓਗੇ ਨਾ ਫਿਰ ਤੁਹਾਨੂੰ ਠੰਡ ਨਹੀਂ ਲੱਗਣੀ, ਕਿਉਂਕਿ ਸਵੈਟਰ ਦਾ ਤਾਂ ਬਾਬਾ ਜੀ ਕੋਈ ਵੀ ਨਹੀਂ ਪਾਇਆ ਥਲੋਂ ਦੀ, ਸਵੈਟਰ ਤਾਂ ਕੋਈ ਨਹੀਂ ਪਾਇਆ ਹੈਗਾ, ਤਾਂ ਹੀ ਤੁਹਾਨੂੰ ਠੰਡ ਲੱਗਣਦੀ ਆ, ਇੰਨੀ ਬਾਹਰ ਠੰਡੀ ਹਵਾ ਚੱਲਦੀ ਆ। ਤੁਹਾਨੂੰ ਪਤਾ ਮੈਂ ਕਿਉਂ ਰੁਕਿਆ? ਮੈਂ ਕਿਤੇ ਨਹੀਂ ਜਾਣਾ, ਮੇਰੇ ਕੋਲ ਕੋਈ ਸੀਮਿੰਟ ਦੀ ਬੋਰੀਆਂ ਨਹੀਂ ਹੈਗੀਆਂ, ਤੁਸੀਂ ਠਰਦੇ ਪਏ ਸੀ ਨਾ,
ਮੈਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਵਾਜ਼ ਮਾਰੀ ਕਿ ਮੇਰਾ ਸਿੱਖ ਉੱਥੇ ਠਰਦਾ ਪਿਆ। ਬਾਬਾ ਜੀ ਤੁਹਾਡਾ ਗੁਰੂ ਬੜਾ ਬੇਅੰਤ ਹੈ, ਉਹਨੂੰ ਸਾਰਾ ਕੁਛ ਪਤਾ, ਠੀਕ ਹੈ, ਅਤੇ ਮੈਂ ਤਾਂ ਕਰਕੇ ਉੱਥੇ ਖੜਾ ਸੀ। ਧੰਨ ਗੁਰੂ ਰਾਮਦਾਸ, ਧਿਆਨ ਧੰਨ ਗੁਰੂ ਰਾਮਦਾਸ। ਹਾਂ ਚਲੋ ਅਮਰਾ ਸੈੱਟ ਕਰ ਲਓ, ਚਲੋ ਮੈਨੂੰ ਕਰੋ ਥੱਲੇ, ਅਤੇ ਪਾਈ ਦਿਓ ਆਪਣਾ ਪਜਾਮਾ, ਦਿਓ ਉਹਨਾਂ ਨੂੰ ਗਰਮ ਪਜਾਮਾ ਵੀ ਦੇ ਦਿਓ। ਧੰਨ ਗੁਰੂ ਰਾਮਦਾਸ, ਤੁਹਾਡਾ ਗੁਰੂ ਪਿਆਰਿਓ ਬੜਾ ਬੇਅੰਤ ਹੈ, ਉਹਨੂੰ ਸਾਰਾ ਪਤਾ ਸੀ ਮੇਰਾ ਪੁੱਤਰ ਠਰਦਾ ਪਿਆ ਥੱਲੇ, ਠੀਕ ਹੈ ਨਾ ਉੱਥੇ, ਅਤੇ ਮੈਂ ਉਧਰੋਂ ਲੰਘਿਆ ਜਦੋਂ ਤੁਸੀਂ ਕੰਬਲ ਦੀ ਬੁੱਕਲ ਮਾਰੀ, ਮੈਂ ਦੇਖਿਆ ਬੜੀ ਠੰਡ ਲੱਗਣ ਦੀ ਸਿੰਘ ਨੂੰ, ਅਤੇ ਮਹਾਰਾਜ ਨੇ ਮੈਨੂੰ ਕਿਹਾ ਕਿ ਮੇਰੇ ਪੁੱਤਰ ਨੂੰ ਲੱਗਣ ਦੀ ਹੈ ਠੰਡ, ਅਤੇ ਸਵੈਟਰ ਨਹੀਂ ਪਾਇਆ, ਅਤੇ ਪੁੱਤਰਾ ਤੂੰ ਉਹਨੂੰ ਸਵੈਟਰ ਦੇ ਲੈ ਕੇ, ਠੀਕ ਹੈ। ਬਾਬਾ ਜੀ ਕਿਹੜਾ ਰੰਗ ਲੈਣਾ, ਇਹ ਇੱਕ ਲੈਣਾ ਵਾ ਕਿ ਬਲੈਕ ਲੈਣਾ ਵਾ, ਦੱਸੋ ਬਲੈਕ ਵਾਲਾ। ਇਹ ਨਾ ਬਾਬਾ ਜੀ ਇਹ ਪਜਾਮੇ ਅੰਦਰੋਂ ਗਰਮ ਹੁੰਦੇ ਆ, ਹੁਣ ਪਾਓ ਪਹਿਲਾਂ ਨੂੰ ਕੀ ਹੈ ਜੀ। ਧੰਨ ਗੁਰੂ ਰਾਮਦਾਸ, ਐਕਸੀਡੈਂਟ ਹੋ ਗਿਆ ਜੀ, ਚੱਲ ਬਹਿ ਜਾ ਬਾਈ ਜੀ, ਬਹਿ ਜਾ, ਇਹ ਜਰਾਬਾ ਗਰਮ ਹੀ ਆ, ਜਰਾਬਾ ਪਾਓ, ਵੇਖ ਲਓ ਤੁਹਾਡੇ ਗੁਰੂ ਨੇ ਕਿੰਨਾ ਬੇਅੰਤ ਆ ਗੁਰੂ ਤੁਹਾਡਾ, ਹੈ ਉਹਨੂੰ ਪਤਾ ਲੱਗ ਗਿਆ ਤੁਹਾਨੂੰ ਠੰਡ ਲੱਗਦੀ ਆ। ਲਓ ਇੱਧਰ ਪਾਓ ਪਹਿਲੇ ਬਾਬੀ, ਆ ਇਹ 'ਚ ਪਾਓ, ਤੁਹਾਨੂੰ ਗੁਰੂ ਰਾਮਦਾਸ ਜੀ ਬੂਟ ਸਹੀ ਹੈ, ਲੇਕਿਨ ਉਹ 'ਚ ਪਾਓ ਬਾਬਾ ਜੀ, ਜਰਾਬ ਪਾ ਲਓ ਦੂਜੀ ਵੀ, ਫਿਰ ਤੁਹਾਨੂੰ ਬੂਟ ਵੀ ਪਾ ਕੇ ਦਿੰਦੇ ਹਾਂ, ਤੁਹਾਨੂੰ ਗੁਰੂ ਰਾਮਦਾਸ ਬਾਬੂ ਜੀ, ਆਹ ਪਾਓ ਬੂਟ, ਹੁਣ ਆਹ ਬੂਟ ਵਧੀਆ ਬੂਟ ਆ, ਨਿੱਘੇ ਬੂਟ ਆ, ਨਹੀਂ ਪਹਿਲੇ ਇੱਕ ਪਾ ਲਓ, ਆਹ ਪਾ ਲਓ, ਚਲੋ ਆਹ ਪਾ ਲਓ, ਇਹ ਬੂਟਾਂ ਦੇ ਵਿੱਚ ਤੁਹਾਨੂੰ ਠੰਡ ਨੀਕ ਲੱਗੂਗੀ, ਠੀਕ ਹੈ ਨਾ ਪਿਆਰਿਓ, ਇਹ ਬੂਟ ਪਾਓ ਸੋਹਣੇ ਲੱਗਦੇ, ਨਾਲੇ ਧੰਨ ਗੁਰੂ ਰਾਮਦਾਸ ਜੀ, ਨਾਲੇ ਇਹਨੂੰ ਅੰਦਰ ਕਰੋ, ਧੰਨ ਗੁਰੂ ਰਾਮਦਾਸ ਜੀ, ਇਹ ਠੀਕ ਹੈ ਪਿਆਰਿਓ, ਸ਼ੀਸ਼ੇ ਦੇਖੋ ਮੜਾ ਜਾ ਕੇ ਅੰਦਰ, ਵੇਖੋ ਆਪਣਾ ਸਰੂਪ ਦੇਖੋ ਗੁਰੂ ਸਾਹਿਬ ਵੱਲੋਂ, ਹਾਂ ਵੇਖੋ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਠੀਕ ਹੈ ਜੀ, ਚੜ੍ਹਦੀ ਕਲਾ ਪਿਆਰਿਓ, ਪਤਾ ਜੀ ਠੰਡ ਠੁੰਡ ਕੀ ਲੱਗਦੀ ਪਿਆਰਿਓ, ਹੁਣ ਤਾਂ ਕੰਬਲ ਦੀ ਲੋੜ ਹੀ ਨਹੀਂ, ਚਲੋ ਬਹਿ ਜਾਓ, ਹੁਣ ਤੁਸੀਂ ਚਾਹ ਪੀਓ ਪਿਆਰਿਓ, ਆ ਲਓ ਲਓ ਵਾਹਿਗੁਰੂ ਜੀ, ਹੁਣ ਤੁਸੀਂ ਚਾਹ ਪੀਓ ਅਤੇ ਆਹ ਬਿਸਕੁਟ ਖਾਓ, ਲਓ ਪਿਆਰਿਓ, ਧੰਨ ਗੁਰੂ ਰਾਮਦਾਸ ਜੀ। ਬਾਬਾ ਜੀ ਹੁਣ ਮੈਂ ਕਿੰਨੀ ਮਾਇਆ ਦੇਣੀ ਤੁਹਾਨੂੰ, ਦੱਸੋ ਮੇਰੇ ਤੁਸੀਂ ਕਹਿਣ 'ਤੇ ਆ ਗਏ ਇੱਥੇ ਤੱਕ, ਸਿਮਟ ਕੇ ਲੈ ਜਾਓਗੇ ਕਿ ਨਹੀਂ ਹੁਣ ਹੁਣ ਮੇਰਾ ਲੈ ਜਾਓਗੇ। ਬਾਬਿਓ ਇਹ ਦਸਤਾਰ ਹੈ, ਠੀਕ ਹੈ, ਆ ਫੜੋ ਇਹ ਦਸਤਾਰ, ਤੁਸੀਂ ਕਹਿੰਦੇ ਪੈਸੇ ਇੱਕੋ ਹੀ ਹੈ ਨਾ ਕਿ ਤੁਹਾਡੇ ਕੋਲ, ਦਸਤਾਰ ਇੱਕੋ ਸੀ, ਇੱਕ ਇਹ ਵਾਲੀ ਹੋ ਗਈ, ਕੱਲ੍ਹ ਤੁਸੀਂ ਇਹਨੂੰ ਧੋ ਲਿਓ, ਠੀਕ ਹੈ ਪਿਆਰਿਓ, ਇਹ ਕੱਲ੍ਹ ਤੁਸੀਂ ਬੰਨ ਲੈਣੀ ਹੈ, ਠੀਕ ਹੈ, ਆਹ ਦਸਤਾਰ ਸਜਾ ਲਿਓ, ਆਹ ਵਾਲੀ ਧੋ ਲਿਓ, ਠੀਕ ਹੈ ਪਿਆਰਿਓ, ਹੁਣ ਹੋ ਗਈ ਦੋ ਆਪਣੇ ਕੋਲ, ਇੱਕ ਬੰਨ ਲਈ ਇੱਕ ਧੋ ਲਈ, ਠੀਕ ਹੈ ਜੀ, ਹੁਣ ਗੁਰੂ ਸਾਹਿਬ ਨੇ ਤੁਹਾਨੂੰ ਦਸਤਾਰ ਵੀ ਦੇ ਦਿੱਤੀ, ਕੱਪੜੇ ਵੀ ਸੋਹਣੇ ਪਾ ਤੇ, ਬਾਬਾ ਜੀ ਤੁਹਾਡਾ ਗੁਰੂ ਬੇਅੰਤ ਹੈ, ਠੀਕ ਹੈ, ਉਹ ਦੇਖਦਾ ਸੁਣਦਾ ਸਾਰਾ ਕੁਛ ਜਾਣਦਾ ਕਿ ਮੇਰੇ ਗੁਰਸਿੱਖ ਨੂੰ ਕੀ ਚਾਹੀਦਾ ਹੈਗਾ। ਵੈਸੇ ਕਦੀ ਹੋਇਆ ਕਿ ਉਹਨਾਂ ਨੇ ਕਦੀ ਰੋਟੀ ਨਾ ਦਿੱਤੀ ਹੋਵੇ, ਮਹਾਰਾਜ ਨੇ ਦਿੰਦਾ ਰੋਜ਼ ਆ, ਸੌ ਡੇਢ ਸੌ ਦੋ ਸੌ ਜਿੰਨਾ ਵੀ ਦੇਵੇ ਦਿੰਦਾ ਰੋਜ਼ ਆ ਮਾਲਕ, ਅਸੀਂ ਤਾਂ ਜਦੋਂ ਸਾਡੇ ਕੋਲ ਪੈਸੇ ਨਾ ਹੋਣ ਅਸੀਂ ਤਾਂ ਬੜਾ ਐਵੇਂ ਟੈਨਸ਼ਨ ਲੈ ਕੇ ਬਹਿ ਜਾਂਦੇ, ਤੁਹਾਨੂੰ ਨਹੀਂ ਹੁੰਦੀ ਇੱਕ ਟੈਨਸ਼ਨ ਕਿ ਅੱਜ ਦਿਹਾੜੀ ਨਹੀਂ ਮਿਲੀ, ਜਲ ਪਾਣੀ ਦੇ ਦਿੰਦੇ, ਮਤਲਬ ਹੈਗਾ ਵਾ ਗੁਰੂ ਰਾਮਦਾਸ ਪਾਤਸ਼ਾਹ। ਬਾਬਾ ਜੀ ਫਿਰ ਅਸੀਂ ਕਿਉਂ ਟੈਨਸ਼ਨ ਲੈਂਦੇ ਹਾਂ, ਹੁਣ ਜੇ ਤਾਂ ਮੈਨੂੰ ਜਦੋਂ ਦਿਹਾੜੀ ਨਹੀਂ ਮਿਲਦੀ ਤੇ ਮੈਨੂੰ ਟੈਨਸ਼ਨ ਹੋ ਜਾਂਦੀ ਆ, ਨਹੀਂ ਕੀ ਲੈਣੀ ਚਾਹੀਦੀ ਟੈਨਸ਼ਨ,
ਭਰੋਸਾ ਰੱਖਣਾ ਚਾਹੀਦਾ ਭਰੋਸਾ ਰੱਖੀਏ ਮਹਾਰਾਜ ਦੇ ਆਪੇ ਦਿੰਦਾ ਠੀਕ ਹੈ ਸਵਾਸ ਸਵਾਸ ਗੁਰੂ ਰਾਮਦਾਸ ਬੋਲੋ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸੋ ਪਿਆਰਿਓ ਤੁਹਾਡੇ ਗੁਰੂ ਰਾਮਦਾਸ ਜੀ ਬੇਅੰਤ ਗੁਰੂ ਨੇ ਉਹ ਜਿਉਂਦੇ ਜਾਗਦੇ ਗੁਰੂ ਨੇ ਉਹਨਾਂ ਨੂੰ ਪਤਾ ਸੀ ਮੇਰੇ ਪੁੱਤ ਨੂੰ ਠੰਡ ਲੱਗਦੀ ਹੈ ਹਨਾ ਉਹਨਾਂ ਨੇ ਮੈਨੂੰ ਭੇਜਿਆ ਠੀਕ ਹੈ ਸੋ ਖਾਲਸਾ ਜੀ ਮੈਂ ਤੁਹਾਨੂੰ ਕੁਛ ਨਹੀਂ ਲੈ ਕੇ ਦਿੱਤਾ ਇਹ ਸਾਰਾ ਕੁਛ ਗੁਰੂ ਰਾਮਦਾਸ ਪਾਤਸ਼ਾਹ ਨੇ ਲੈ ਕੇ ਦਿੱਤਾ ਅਤੇ ਕਿੰਨੇ ਪੈਸੇ ਕਮਾਏ ਅੱਜ 50 ਰੁਪਈਏ ਟਾਈਮ ਕਿੰਨਾ ਹੋਇਆ ਭਾਅ ਜੀ 7 ਵਜੇ ਸਾਢੇ 6-7 ਵਜੇ ਹੁਣ ਲੱਗਦਾ ਹੋਰ ਤਾਂ ਵੀ ਤੁਸੀਂ ਕੁਛ ਕਮਾਉਣਾ ਨਹੀਂ ਹੈ ਨਾ ਸੋ ਤੁਹਾਨੂੰ ਕਿਰਤ ਵੀ ਦੇਣੀ ਹੈ ਕਿਰਤ ਆਪਾਂ ਦੇ ਦਈਏ ਤੁਹਾਨੂੰ ਇਹ ਤੁਹਾਡੀ ਕਿਰਤ ਆ ਬਾਬਿਓ ਠੀਕ ਹੈ ਜੀ ਅਤੇ ਖੁਸ਼ ਹੋ ਹੈਗੇ ਗੁਰੂ ਰਾਮਦਾਸ ਪਾਤਸ਼ਾਹ ਠੀਕ ਹੈ ਜੀ ਚਲੋ ਪਿਆਰੇ ਹੁਣ ਤੁਸੀਂ ਨਾ ਚਲੇ ਜਾਓ ਘਰ ਠੀਕ ਹੈ ਅਸੀਂ ਕਿਤੇ ਨਹੀਂ ਜਾਣਾ ਕੋਈ ਸੀਮਰ ਦੀਆਂ ਬੋਰੀਆਂ ਨਹੀਂ ਹੈਗੀਆਂ ਮੇਰੇ ਕੋਲ ਇਹ ਸਿਰਫ ਤੁਹਾਨੂੰ ਇੱਥੇ ਤੱਕ ਲੈ ਕੇ ਆਉਣਾ ਸੀ ਠੀਕ ਹੈ ਕਿਰਤ ਦੇਣੀ ਸੀ ਹਾਂ ਚਲੋ ਪਾ ਲਓ ਤੁਸੀਂ ਆਪਣੇ ਬੈਗ ਦੇ ਵਿੱਚ ਜਿੱਥੇ ਤੁਹਾਡਾ ਇੱਕ ਬੇਨਤੀ ਆ ਬਸ ਇੱਕ ਨਾ ਪਾਠ ਜ਼ਰੂਰ ਕਰਦੇ ਹੁੰਦੇ ਪਾਠ ਕਿ ਸਤਨਾਮ ਵਾਹਿਗੁਰੂ ਕਰਦੇ ਹੋ ਬੇਨਤੀ ਆ ਜ਼ਰੂਰ ਕਰਿਆ ਕਰੋ ਹੈ 15 ਮਿੰਟ ਸਵੇਰੇ 15-20 ਮਿੰਟ ਸ਼ਾਮ ਨੂੰ ਗੁਰਬਾਣੀ ਜ਼ਰੂਰ ਪੜਿਆ ਕਰੋ ਹਾਂ ਸਤਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ ਕਰਿਆ ਕਰੋ ਅਤੇ ਇੱਕ ਨਾ ਅਰਦਾਸ ਬੇਨਤੀ ਜ਼ਰੂਰ ਕਰਿਆ ਕਰੋ ਕਿ ਕੌਮ ਨੂੰ ਜਿਹੜੀ ਸਮਤ ਬਖਸ਼ਣ ਸਤਿਗੁਰੂ ਕਿ ਅਸੀਂ ਆਪਣਿਆਂ ਦੇ ਸਹਾਈ ਹੋਈਏ ਆਪਣੇ ਬਜ਼ੁਰਗਾਂ ਨੂੰ ਵੇਖੀਏ ਤੇ ਪਛਾਣੀਏ ਤੇ ਉਹਨਾਂ ਦੀ ਮਦਦ ਕਰੀਏ ਠੀਕ ਹੈ ਸਾਡੇ ਵਾਸਤੇ ਕੁਛ ਅਨਾਮਤ ਮੰਗਿਓ ਭਾਵੇਂ ਲੇਕਿਨ ਕੌਮ ਦੇ ਲਈ ਮੰਗਿਓ ਕਿ ਕੌਮ ਚੜ੍ਹਦੀ ਕਲਾ ਚ ਹੋਵੇ ਠੀਕ ਹੈ ਜੀ ਸਰਬੱਤ ਦਾ ਭਲਾ ਮੰਗਣਾ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਚਲੋ ਪਿਆਰ ਰਾਮਦਾਸ ਸੋਹਣੀ ਕਲਾ ਦੀ ਬਾਬੇ ਹੁਣ ਤੀ ਚੜ੍ਹਦੀ ਕਲਾ ਵਾਹ ਜੀ ਵਾਹ ਚਲੋ ਬੜੀ ਭੈਣ ਜਕਾਰਾ ਗਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਪਿਆਰਿਓ ਚੜ੍ਹਦੀ ਕਲਾ ਹੁਣ ਤੁਸੀਂ ਨਾ ਘਰ ਚਲ ਜਾਓ ਹੁਣ ਕੰਮ ਨਾ ਕਰਿਓ ਠੀਕ ਹੈ ਜੀ ਕੰਮ ਨਾ ਕਰਿਓ ਹੁਣ ਤੀ ਠੀਕ ਹੈ ਚਲੋ ਆ ਜਾਓ ਅਰੇ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬੇ ਵੇਖਿਆ ਮਾੜਾ ਇੱਧਰ ਧੰਨ ਗੁਰੂ ਰਾਮਦਾਸ ਚਲੋ ਠੀਕ ਹੈ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨ ਗੁਰੂ ਰਾਮਦਾਸ ਗੁਰੂ ਰਾਮਦਾਸ